Carlos Salles o todo. ਸਾਰਾ ਭਾਈ ਮਾਰ ਦਾ ਛੋਟ ਵਧੀਆ ਵਧੀਆ ਘਰ ਦੇ ਨਿਰਗੁਣ ਯਾਰ ਇਤਿਹਾਸ
ਜਾਣੇ ਅਸ਼ੋਕ ਕਬ ਸਦਾ ਸੰਭਾਲ ਜਿਨ ਕੀ ਆਤਿਸ਼ ਦੀ ਤੁਰਬ ਨਾ ਰਮਈਆ ਕੀ ਮੂਰਤੀਤ ਪੁਰਾਣੀ ਵਾਹ
टेबल दे गोली रखे Ya
नानक के लक्षण ग्राम
ਕੱਪੜੇ ਨਾ ਗੰਦੇ ਕਰੀ। ਬ੍ਰਹਮ ਗਿਆਨੀ ਨਿਰਮਲ ਤੇਜ ਕਰਨ ਦੇ 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 ਕਰਨ ਦੇ
ਬਸ ਵੇਦ ਮਾਧਵ ਮਾਤਰ ਚੋ ਕਾਲੇ ਸਮੇਂ ਆਜਾ ਆਜਾ ਹੁਣ ਜੋ ਰਿਹਾ ਜੀ ਜੀ ਰਿਹਾ
Yeah.
ਸੰਤ ਪੈਰ ਮੁਕਾ ਕੇ ਸੰਤਾਇ ਸੰਤ ਕਾ ਦੁਖ ਭਗਵਾਨ ਕੋਇ ਸੰਤ ਦੁਖ ਕੀ ਪਾਇ ਸੰਤ ਜੀ ਸੰਤ ਕਾ ਦੁਖ ਮਹਾ ਅਚਤਾਈ ਸੰਤ ਪੈਰ ਸੰਤ ਕਾਨੂੰਨ ਪ੍ਰਾਪਤ ਸੰਤ ਕਾਨੂੰਨ ਸੰਤ ਕਾਨੂੰਨ ਕਿਸੇ ਬਾਣ ਹੀ ਸੰਤ ਕਾਨੂੰਨ ਮਹਾ ਹੰਕਾਰ ਸੰਤ ਕਾਨੂੰਨ ਦੀ ਸਦਾ ਹੰਕਾਰ ਸੰਤ ਬਾਣ ਕੀ ਜੀ ਅੱਛਾ ਮੈਂ ਕਿਹਾ ਪਾਗ ਪਾਗ ਬਣਾ ਦਿਓ ਨਾਲ ਵੀ ਜਾਣਾ ਨਾ ਦੇ ਦਿਓ ਸਾਥ ਸ਼ਾਂਤ ਪਾਦੋ ਕੀ ਅਜਬੀ ਸਤਿ ਸ਼੍ਰੀ ਅਕਾਲ।
ਚਾਹੀਏ ਬਣੀ ਸਾਰੇ
Oh,
I
Thank you.
Thank you.
Thank you.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਾਈ ਸਭ ਥਾਈ ਸਹਾਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਪ੍ਰਸ਼ਨ ਕਰਕੇ ਖਾਲਸਾ ਜੀ ਸਹਿ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੀਆਂ ਬਿਨਾ ਕਿਰਾ ਨਾਮ ਚੜਾਏ ਗਏ ਆਰਿਆਂ ਨਾਲ ਕੀਰੇ ਗਏ ਦੇਵਤਾ ਵਿੱਚ ਵਾਲੀ ਹੈ ਪੀਲਾ ਪਾਣੀ ਮਿੱਠਾ ਕਰਕੇ ਮਿਲਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸ਼ਕਤੀ ਦੇ ਸਾਂ ਸਵਾਸਾਂ ਨਾਲ ਨਿਭਾਈ ਜਨਾ ਸਿੰਘਾਂ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਹਿ ਬੋਲੋ ਜੀ ਸਰਬੱਤ ਗੁਰਦੁਆਰਿਆਂ ਸਹਿ ਜੀ ਦਾ ਕਰਕੇ ਖਾਲਸਾ ਜੀ ਸਹਿ ਬੋਲਣਾ ਜੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆਰੀ ਜਿਤਿਆਰੀ ਕਾ ਸ਼ਬਦਾ ਸਭ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤੁਹਾਰੀ ਸ਼ਿਆਰੇ ਦੇ ਪਤੇ ਬਿਰਧ ਕੀ ਕਹਿ ਪੰਜ ਕੀ ਸ੍ਰੀ ਸਾਹਿਬ ਦੀ ਸਹਾਈ ਖਾਲਸੇ ਜੀ ਕੇ ਬੋਲ ਬਾਣੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੂ ਦਾਨ ਤੁਸਾ ਦਾਨ ਦਾਨਾ ਪਿਤਾ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਦਾ ਪ੍ਰਸ਼ਾਦ ਕੋਈ ਵੱਡੀ ਗੁਰੂ ਦੀ ਕੋਈ ਪ੍ਰਕਾਰ ਧਰਮ ਦਾ ਜੈ ਪਾਕ ਪਾਤਸ਼ਾਹ ਜੀ ਬੋਲੋ ਜੀ ਜਿਸ ਕਾਰਨ ਕਰਕੇ ਪਰਿਵਾਰ ਨੂੰ ਆਪ ਨੂੰ ਦਸ ਪਾਸ
Thank you.
Thank you.
Gracias.
ਟ੍ਰਿਗਰ ਇਹਦੇ ਵਾਲਾ ਟ੍ਰਿਗਰ ਹੈਗਾ ਇਹਦੇ ਵਾਲਾ ਆਪਾਂ ਇਹਨੂੰ ਫਲੈਟ ਕਰੋ ਠੀਕ ਹੈ ਜੀ ਇਹ ਗੱਲ ਨਾ ਵੇਲਾ ਇਹ ਸੋਲ ਵੀ ਆਉਂਦਾ ਫਲ ਲੈਂਦੇ ਸਭ ਕਿਆ
ਦਾ ਪੀਣ ਯੋਗ ਪਾਣੀ ਬੜਾ ਘੱਟ ਆ, ਜਿਹੜਾ ਪਾਣੀ ਹੈਗਾ ਵੀ ਬੜਾ ਖਾਰਾ ਆ, ਤੇ ਸੱਜੇ ਪਾਸ਼ਾ ਇੱਕ ਖੂਹ ਹੈਗਾ ਚੰਗੇ ਮਿੱਠੇ ਪਾਣੀ ਦਾ, ਲੇਕਿਨ ਉਸ ਖੂਹ ਦੇ ਉੱਪਰ ਉੱਚੀ ਜਾਤ ਵਾਲੇ ਕਬਜ਼ਾ ਕੀਤਾ ਤੇ ਨੀਵੀਂ ਜਾਤ ਵਾਲੇ ਬੰਦਿਆਂ ਨੂੰ ਪਾਣੀ ਨਹੀਂ ਭਰਨ ਦਿੰਦੇ। ਮਹਾਰਾਜ ਕਰੋ ਕਿਰਪਾ, ਜੇ ਤਰੁੱਠੇ ਹੋ ਮੇਰਾ ਦੇ ਘਰ ਆਏ ਹੋ ਤੇ ਪਾਣੀ ਦਾ ਸੋਮਾ ਬਖਸ਼ ਦਿਓ। ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਕਹਿੰਦੇ ਇਹ ਕਿੱਡੀ ਗੱਲ ਲਿਆ। ਮਹਾਰਾਜ ਨੇ ਕਿਹਾ ਭਾਈ ਸਭ ਲੋਕ ਜੀਠੇ ਵਾਲੇ ਨੂੰ ਜਾਓ ਕਹੀ ਲੈ ਕੇ ਆਓ। ਗੁਰੂ ਸਾਹਿਬ ਕੋਲ ਕਹੀ ਆ ਗਈ, ਮਹਾਰਾਜ ਧਰਤੀ ਦੇ ਟੱਪ ਆਇਆ ਤੇ ਪਾਤਸ਼ਾਹ ਕਹਿੰਦਾ ਇੱਥੇ ਬੋਲੀ ਤਿਆਰ ਕਰੋ, ਸਿੱਖ ਦਾ ਕਾਰ ਸੇਵਾ ਕਰਨ ਸਿੱਖ ਸਿਰਾਂ ਉੱਪਰ ਟੋਕਰੀਆਂ ਰੱਖੀਆਂ ਮਿੱਟੀ ਹੁੰਦੀ ਤੇ ਮਿੱਟੀ ਚੁੱਕਣ ਤੋਂ ਬਾਅਦ ਸੁਣਿਆ ਬੋਲੀ ਤਿਆਰ ਹੋਣਾ ਸ਼ੁਰੂ ਹੋ ਗਈ। ਬੋਲੀ ਦਾ ਮਤਲਬ ਕੀ ਹੁੰਦਾ? ਜਿੱਥੋਂ ਜਲ ਪ੍ਰਗਟ ਕਰਨਾ, ਖੂਹ ਲਾਉਣਾ। ਗੁਰੂ ਸਾਹਿਬ ਜੀ ਨੇ ਬੋਲੀ ਤਿਆਰ ਕਰਵਾਈ, ਮਹਾਰਾਜ ਕਹਿੰਦੇ ਇੱਥੇ ਬੋਲੀ ਲਾ ਦਿਓ। ਉਹ ਬੋਲੀ ਲਾਉਣ ਨਾਲ ਮਹਾਰਾਜ ਨੇ ਤਿੰਨ ਕੰਮ ਹੱਲ ਕੀਤੇ, ਕਿਹੜੇ ਕਿਹੜੇ ਕੌਲ ਕਰਿਓ ਜਰਾ ਸਾਧ ਸੰਗਤ? ਤਿੰਨ ਕਾਰਜ ਮਹਾਰਾਜ ਨੇ ਹੱਲ ਕੀਤੇ। ਇੱਕ, ਉਸ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਬੜੀ ਕਿੱਲਤ ਸੀ, ਮਹਾਰਾਜ ਨੇ ਪਾਣੀ ਦੀ ਕਮੀ ਦੂਰ ਕਰਕੇ ਇਲਾਕਾ ਜਲ ਥਲ ਕਰਤਾ। ਦੂਜੀ ਗੱਲ, ਉੱਥੋਂ ਦੇ ਲੋਕ ਜਿਹੜੇ ਕਹਿੰਦੇ ਸੀ ਮਹਾਰਾਜ ਪਾਣੀ ਪੀਣ ਯੋਗ ਨਹੀਂ ਹੈਗਾ, ਪਾਣੀ ਖਾਰਾ, ਮਹਾਰਾਜ ਨੇ ਪੀਣ ਯੋਗ ਪਾਣੀ ਦਿੱਤਾ। ਸਾਧ ਸੰਗਤ ਗੁਰੂ ਸਾਹਿਬ ਨੇ ਕਿਹਾ ਇਹ ਬੋਲੀ ਪਾਣੀ ਦੀ ਕਿੱਲਤ ਵੀ ਦੂਰ ਕਰੇਗੀ ਤੇ ਸਾਡੇ ਪੁੱਤ ਦੇ ਵਿਆਹ ਦੀ ਨਿਸ਼ਾਨੀ ਵੀ ਰਹੇਗੀ। ਅੱਜ ਵੀ ਜਾਓ, ਗੁਰੂ ਸਾਹਿਬ ਨੇ ਕਿਹਾ ਸਾਡਾ ਪੁੱਤ ਇੱਥੇ ਵਿਆਹਿਆ, ਅਸੀਂ ਨੰਦ ਕਾਰਜ ਕੀਤੇ ਆ, ਜਦੋਂ ਸਾਡਾ ਕੋਈ ਵੀ ਸਿੱਖ ਇਸ ਪਿੰਡ ਵਿੱਚ ਆ ਕਰੇਗਾ, ਬੋਲੀ ਸਾਹਿਬ ਦਾ ਦਰਸ਼ਨ ਕਰਿਆ ਕਰੇਗਾ, ਉਹਨੂੰ ਯਾਦ ਆਊਗਾ ਵੀ ਗੁਰੂ ਸਾਹਿਬ ਨੇ ਆਪਣਾ ਪੁੱਤ ਇੱਥੇ ਵਿਆਹਿਆ ਸੀ। ਇਹ ਯਾਦਗਾਰ ਬਣ ਗਈ ਬੋਲੀ ਸਾਹਿਬ। ਦੂਜੀ ਗੱਲ ਇਹ, ਤੇ ਤੀਜੀ ਗੱਲ ਮਹਾਰਾਜ ਨੇ ਕਿਹਾ ਕਿ ਜਿਹੜੇ ਲੋਕ ਜਾਤ ਪਾਤ ਦਾ ਵਿਤਕਰਾ ਕਰਦੇ ਆ, ਅਸੀਂ ਉਹਨਾਂ ਦੇ ਮੂੰਹ ਦੇ ਕਿਨਾਰੇ ਚਪੇੜ ਮਾਰੀ ਆ, ਹੁਣ ਇਸ ਮੂੰਹ ਤੋਂ ਕੋਈ ਉੱਚੀ ਜਾਤ ਹੋਵੇ, ਕੋਈ ਨੀਵੀਂ ਜਾਤ ਹੋਵੇ, ਵਿਤਕਰਾ ਕੋਈ ਨਹੀਂ। ਜਿਹੜਾ ਮਰਜ਼ੀ ਇੱਥੋਂ ਪਾਣੀ ਭਰ ਸਕਦਾ, ਜਿਹੜਾ ਮਰਜ਼ੀ ਇੱਥੋਂ ਪਾਣੀ ਪੀ ਸਕਦਾ, ਇੱਥੇ ਕਿਸੇ ਨਾਲ ਈਰਖਾ ਨਹੀਂ ਕੀਤੀ ਜਾਏਗੀ, ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਸਾਧ ਸੰਗਤ ਸਰਵਣ ਕਰੋ, ਆਖਰੀ ਕਵਿਤਾ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਨ ਲੱਗੇ ਹਾਂ। ਦੁਆਬੇ ਦੀ ਧਰਤੀ ਆ, ਜਿਹਨਾਂ ਦੀ ਆਪਾਂ ਨੂੰ ਉਡੀਕ ਸੀ, ਉਹ ਸਾਰੇ ਸੰਗਤ ਪਹੁੰਚ ਗਏ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਉਹ ਆਪਣੀ ਲੜਕੀ ਦਾ ਸ਼ਗਨ ਲੈ ਕੇ, ਲੜਕੀ ਅਰੁਣਪ੍ਰੀਤ ਕੌਰ, ਉਹਨਾਂ ਦਾ ਸ਼ਗਨ ਲੈ ਕੇ ਸਰਦਾਰ ਦਰਵਿੰਦਰ ਸਿੰਘ ਜੀ, ਬੀਬੀ ਰਮਨਜੀਤ ਕੌਰ ਆਪਣੀ ਧੀਰਨ ਦੇ ਸ਼ਗਨ ਲੈ ਕੇ ਲੱਲੀਆਂ ਖੁਰਦ ਪਿੰਡ ਜਲੰਧਰ ਲਾ ਚੱਲ ਕੇ ਆਏ ਆ। ਜਿੰਨੇ ਵੀ ਨਾਲ ਉਹਨਾਂ ਸੱਜਣ ਆਏ ਆ, ਰਿਸ਼ਤੇਦਾਰ ਆਏ ਆ, ਸਾਕ ਸੰਬੰਧੀ ਆਏ ਆ, ਸਭਨਾਂ ਦੇ ਚਰਨ ਕਰਦੇ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਹਾਂ। ਤੇ ਜਿੰਨੇ ਵੀ ਸੱਜਣ ਕਰਕੇ ਆਇਆ, ਸਭਨਾਂ ਨੂੰ ਜੀਓ ਆਇਆ, ਸਭਨਾਂ ਦਾ ਧੰਨਵਾਦ ਵੀ ਤੁਸੀਂ ਸਮੇਂ ਸਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਦਵਾਈ ਆ। ਮਹਾਰਾਜ ਕਿਰਪਾ ਕਰਨ, ਆਪ ਸਭ ਦੀ ਹਾਜ਼ਰੀ ਗੁਰੂ ਸਾਹਿਬ ਦਰ ਤੇ ਪ੍ਰਵਾਨ ਕਰਨ। ਆਓ ਸਾਧ ਸੰਗਤ, ਸ਼ਗਨ ਦਾ ਟੋਕਰਾ ਆ ਗਿਆ। ਵੀਰ ਦਲਵੀਰ ਸਿੰਘ ਖੜਕੜ ਵਾਸਤੇ ਇਹ ਜ਼ਿੰਮੇਵਾਰੀਆਂ ਹੁੰਦੀਆਂ ਨੇ ਗ੍ਰਸਤ ਜੀਵਨ, ਇਹ ਸਾਧ ਸੰਗਤ ਗ੍ਰਸਤ ਜੀਵਨ ਨਿਭਾਉਣਾ ਬੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਭਾਇਆ ਜਾਂਦਾ। ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ, ਵੀਰ ਦਲਵੀਰ ਸਿੰਘ ਖੜਕੜ ਤੇ ਬੀਬੀ ਲੜਕੀ ਅਰੁਣਪ੍ਰੀਤ ਕੌਰ, ਉਹਨਾਂ ਦੇ ਆਨੰਦ ਕਾਰਜ ਹੋਣੇ ਆ, ਤੇ ਗੁਰੂ ਸਾਹਿਬ ਕਿਰਪਾ ਕਰਨ, ਗ੍ਰਸਤ ਵਰਗੇ ਸਾਰਿਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਬਲ ਪ੍ਰਦਾਨ ਕਰਨ, ਤੇ ਦਾਦਾ ਜੀ ਆਪਣੇ ਘਰੋਂ ਸਿੱਖੀ ਜੀਵਨ ਚੜ੍ਹਨ ਕਲਾ ਨਾ ਆਪਣੇ ਦਾਦਾ ਦੇ ਗਿਣਵਾਜਣ, ਤੇ ਸੱਜੇ ਪਾਤਸ਼ਾਹ ਦੋਈ ਪਰਿਵਾਰਾਂ ਦਾ ਇਤਿਹਾਸ ਬਣਾਉਣ, ਪਿਆਰ ਬਣਾਉਣ, ਪ੍ਰੇਮ ਬਣਾਉਣ, ਆਪਸ ਦੇ ਵਿੱਚ ਇਹਨਾਂ ਦੀ ਸਾਂਝ ਨਿਭੇ, ਸਾਂਝ ਬਣਾਵੇ, ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੇਰੀ ਅਰਦਾਸ ਆ। ਤੇ ਦੋਈ ਪਰਿਵਾਰਾਂ ਨੂੰ ਆਪਣੇ ਜੱਥੇ ਵੱਲੋਂ ਬੜੀਆਂ ਮੁਬਾਰਕਾਂ ਦੇਣਾ, ਬੜੀਆਂ ਵਧਾਈਆਂ ਦਿੰਦੀਆਂ। ਤੁਸੀਂ ਦੇ ਮੌਕੇ ਤੋਂ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਹੋ, ਆਓ ਸਰਵਣ ਕਰੋ ਆਖਰੀ ਕਵਿਤਾ। ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਮਹਾਰਾਜ ਨੇ ਡੱਲਾ ਸਾਹਿਬ ਤੱਕ ਕਿਵੇਂ ਭਾਗ ਲਾਏ, ਕਪੂਰਸਾ ਜਿਲ੍ਹੇ ਦੇ ਵਿੱਚ ਗੁਰੂ ਸਾਹਿਬ ਨੇ ਕਿਵੇਂ ਬੋਲੀ ਸਾਹਿਬ ਤਿਆਰ ਕਰਵਾਈ, ਕਿਵੇਂ ਆਪਣੇ ਸਿੱਖਾਂ ਨੂੰ ਮਾਣ ਦਿੱਤਾ, ਤੇ ਕਿਵੇਂ ਗੁਰੂ ਸਾਹਿਬ ਨੇ ਆਪਣੇ ਪੁੱਤ ਦੇ ਵਿਆਹ ਦੀ ਯਾਦਗਾਰ ਨੂੰ ਕਬਰ ਕਰਵਾਈ, ਤੇ ਦੁਆਬੇ ਦੀ ਧਰਤੀ ਨੂੰ ਕਿਵੇਂ ਰੁਸ਼ਨਾ ਦਿੱਤਾ, ਆਪ ਦੀ ਸੇਵਾ ਅੰਦਰ। ਆਖਰੀ ਕਵਿਤਾ ਰਾਹੀਂ ਸੁਖਵਿੰਦਰ ਸਿੰਘ ਮਡਾਲੀ ਦਾ ਜਥਾ, ਢਾਡੀ ਜੀਤ ਸਿੰਘ ਮਡਾਲੀ, ਢਾਡੀ ਕਰਨੈਲ ਸਿੰਘ ਜੋਬਨ, ਸਰੰਗੀ ਮਾਡ ਸਰਬਜੀਤ ਸਿੰਘ, ਸਰਬ ਨੰਗਲ ਖੁਰਦ ਮਾਧਪੁਰ ਵਾਲੇ, ਤੁਹਾਡੀ ਸੇਵਾ ਵਿੱਚ ਕੁਝ ਹੈ। Thank you.
ਗੁਰੂ ਪੰਜਵੇਂ ਗੁਰੂ ਪੰਜਵੇਂ ਜੇ ਪੁੱਤਰ ਮਿਲਾ ਲਿਆ।
ਪਾਤਸ਼ਾਹ ਆਪਣੇ ਪੁੱਤ ਸਾਹਿਬ ਹਰਗੋਬਿੰਦ ਨੂੰ ਵਿਆਹ ਕੇ ਤੇ ਉਹ ਸੰਗਤ ਦੇ ਵਿੱਚ ਬੌਲੀ ਸਾਹਿਬ ਜਾਤ ਬਣਾ ਕੇ ਪਾਣੀ ਦੀ ਕਮੀ ਦੂਰ ਕਰਕੇ ਸੰਗਤਾਂ ਕੋਲੋਂ ਆਗਿਆ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲੇ ਰਵਾਨਾ ਹੋਏ। ਅੱਜ ਵੀ ਕਿਤੇ ਜਾਇਓ ਉਸ ਨਗਰ ਦੇ ਵਿੱਚ ਦਰਸ਼ਨ ਕਰਕੇ ਆਇਓ। ਡੱਲਾ ਸਾਹਿਬ ਨਗਰ ਦੇ ਵਿੱਚ ਭਾਈ ਲਾਲੂ ਜੀ ਵੈਦ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਬੀਬੀ ਦਮੋਦਰੀ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਬੌਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ। ਇਹ ਤਿੰਨ ਸਥਾਨ ਉਸ ਨਗਰ ਵਿੱਚ ਅੱਜ ਵੀ ਮੌਜੂਦ ਨੇ। ਇਹ ਨਗਰ ਬੜੇ ਭਾਗਾਂ ਵਾਲਾ, ਇੱਕ ਵਾਰ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਮਹਾਰਾਜ ਭਾਈ ਨੈਣ ਦਾਸ ਦੇ ਮਹਾਂਪੁਰਖ ਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਪੋ ਸਤਨਾਮ ਜਿਨ੍ਹਾਂ ਦੇ ਆਪੋ ਨੂੰ ਉਡੀਕ ਸੀ ਉਹ ਸਾਰੇ ਵੀਰ ਸ਼ਗਨ ਲੈ ਕੇ ਲਲੀਆ ਗੁਰੂ ਨਗਰ ਤੋਂ ਆ ਪਹੁੰਚੇ ਨੇ। ਸਤਿਕਾਰਯੋਗ ਇਹ ਸਮੂਹ ਪਰਿਵਾਰ ਸਵਰ ਵਾਸੀ ਸਰਦਾਰ ਹਰਦੀਪ ਸਿੰਘ ਜੀ ਖੱਟਰ ਸਾਹਿਬ, ਸਤਿਕਾਰਯੋਗ ਬੀਬੀ ਪ੍ਰੀਤਮ ਕੌਰ ਜੀ ਉਹਨਾਂ ਦਾ ਸਮੂਹ ਪਰਿਵਾਰ, ਸਰਦਾਰ ਸ਼ਿੰਗਾਰਾ ਸਿੰਘ ਜੀ ਉਹਨਾਂ ਦੇ ਕੋਲੋਂ, ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜਿਨ੍ਹਾਂ ਦੀਆਂ ਆਸਾ ਸਦਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀਆਂ ਹੋਣ ਜਾ ਰਹੀਆਂ। ਵੀਰ ਦਲਵੀਰ ਸਿੰਘ ਖੜਕੜ ਦੇ ਆਨੰਦ ਕਾਲ ਵਿਆਹ ਦੀ ਖੁਸ਼ੀ ਦੇ ਮੌਕੇ ਤੇ ਅੱਜ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਖੁਸ਼ੀਆਂ ਵਿੱਚ ਸ਼ਾਮਿਲ ਹੋ ਰਹੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਆ। ਭਰਾ ਸਰਦਾਰ ਬਲਵੀਰ ਸਿੰਘ ਤੇ ਉਹਨਾਂ ਦੇ ਘਰੋਂ ਸਤਿਕਾਰ ਦੇ ਬੀਬੀ ਜਸਵਿੰਦਰ ਕੌਰ ਉਹ ਵੀ ਹਾਜ਼ਰ ਭਰ ਰਹੇ ਆ, ਭੈਣ ਜੀ ਬੀਬੀ ਇੰਦਰਜੀਤ ਕੌਰ ਉਹਨਾਂ ਦੇ ਪਤੀ ਸਰਦਾਰ ਪਰਵਿੰਦਰ ਸਿੰਘ ਬੈਂਸ, ਬੀਬੀ ਇੰਦਰਵੀਰ ਕੌਰ ਉਹਨਾਂ ਦੇ ਪਤੀ ਸਰਦਾਰ ਅਮਰਪ੍ਰੀਤ ਸਿੰਘ ਬੈਂਸ ਤੇ ਸਤਿਕਾਰ ਬੀਬੀ ਨਵਰੂਪ ਕੌਰ ਸ਼ੇਰਗਲ ਉਹਨਾਂ ਦੇ ਪਤੀ ਸਰਦਾਰ ਨਵਪ੍ਰੀਤ ਸਿੰਘ। ਇਸ ਤਰ੍ਹਾਂ ਲੜਕੀ ਵਾਲਾ ਪਰਿਵਾਰ ਪਹੁੰਚਿਆ, ਲੜਕੀ ਅਰੁਣਪ੍ਰੀਤ ਕੌਰ ਦਾ ਸ਼ਗਨ ਲੈ ਕੇ ਗੁਰੂ ਅਰਜਨ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਜੀ, ਬੀਬੀ ਰਮਨਜੀਤ ਕੌਰ ਦਲੀਆਂਪੁਰ ਪਿੰਡ ਜਿੰਦਰ ਲਾਗਿਓ ਆਪਣੇ ਰਿਸ਼ਤੇਦਾਰਾਂ ਸਮੇਤ ਸੱਜਣਾ ਮਿੱਤਰਾਂ ਸਮੇਤ ਚੱਲ ਕੇ ਆਏ ਨੇ। ਮੈਂ ਜਿਉਂ ਆਇਆ ਆਖਰਾਂ ਧੰਨਵਾਦ ਕਰਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਮੇਂ ਸਿਰ ਆਏ ਨੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਮੇਰੀ ਅਰਦਾਸ ਆ, ਸੱਜੇ ਪਾਸੇ ਕਿਰਪਾ ਕਰਨ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਤੇ ਕਿ ਸਭਨਾਂ ਨੂੰ ਨਵਾਜਣ। ਇੱਕੋ ਗੱਲ ਕਹਿ ਕੇ ਖਿਮਤ ਯਾਤਰਾ ਲੈਣੀ ਆ, ਨਾਨਕਾ ਪਰਿਵਾਰ, ਸਾਧਾ ਪਰਿਵਾਰ ਤੇ ਖੜਕੜ ਪਰਿਵਾਰ ਉਹ ਵੀ ਹਾਜ਼ਰੀ ਭਰ ਰਹੇ ਆ। ਤੁਸੀਂ ਜਿੰਨਿਆਂ ਹਾਜ਼ਰੀ ਭਰੀ ਆਪਾਂ ਨੂੰ ਤਕਰੀਬਨ 2 ਘੰਟੇ ਦੇ 10 ਮਿੰਟ ਦਾ ਸਮਾਂ, 13 ਮਿੰਟ ਦਾ ਸਮਾਂ ਹੋ ਗਿਆ, 2 ਘੰਟੇ ਦੇ 13 ਮਿੰਟ ਦਾ ਸਮਾਂ ਬੀਤ ਗਿਆ। ਤੁਸੀਂ ਬੜੇ ਪਿਆਰ ਨਾਲ ਹਾਜ਼ਰੀ ਭਰੀ ਆ ਤੇ ਮੈਂ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦਾ, ਤੁਹਾਡਾ ਰਿਣੀ ਹਾਂ, ਤੁਹਾਡਾ ਕਰਜ਼ਦਾਰ ਹਾਂ। ਤੁਸੀਂ ਇਤਿਹਾਸੋਂ ਸੁਣਿਆ ਵੀ ਬੜੇ ਪਿਆਰ ਨਾਲ ਤੇ ਇਤਿਹਾਸ ਦਾ ਮਾਣ ਵੀ ਮਾਂ ਗੁਰੂ ਪੱਧਰ ਬੜਾ ਕੀਤਾ, ਸਾਡੀਆਂ ਮਾਤਾਵਾਂ ਭੈਣਾਂ ਪੀੜ ਬੀਬੀਆਂ ਨੇ ਬੜਾ ਸਹਿਯੋਗ ਦਿੱਤਾ, ਬੜੀ ਸ਼ਾਂਤੀ ਬਣਾ ਕੇ ਰੱਖੀ ਆ, ਕਦਰਤਾ ਰੱਖੀ ਆ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਰੇਸ਼ਮੀ ਘਰੇਲੇ ਹੋਣ, ਪੜ੍ਹਨ ਦੀ ਵਾਰੀ ਹੋਵੇ ਸਿਰ ਥੱਲੇ ਫਿਰ ਵੀ ਸਰਾਣਾ ਹੋਣਾ ਚਾਹੀਦਾ। ਰੇਸ਼ਮੀ ਘਰੇਲੇ ਹੋਣ, ਪੜ੍ਹਨ ਦੀ ਵਾਰੀ ਹੋਵੇ ਸਿਰ ਥੱਲੇ ਫਿਰ ਵੀ ਸਰਾਣਾ ਹੋਣਾ ਚਾਹੀਦਾ। ਪੜ੍ਹੇ ਲਿਖੇ ਗੱਭਰੂ ਜਹਾਨ ਵਿੱਚ ਹੋਣ ਲੱਖਾ, ਘਰ ਵਿੱਚ ਬੰਦਾ ਕੋਈ ਸਿਆਣਾ ਹੋਣਾ ਚਾਹੀਦਾ। ਦੱਸੋ ਭਗਿਆੜ ਰਾਖੀ ਕਰੋ ਕਿਵੇਂ ਬੱਕਰੇ ਦੀ, ਤਾਂ ਤਾਂ ਪਿੰਡ ਵਿੱਚ ਥਾਣਾ ਹੋਣਾ ਚਾਹੀਦਾ। ਮੱਝ ਧਰ ਵਿੱਚ ਬੇੜੀ ਫਸੀ ਹੋਵੇ, ਲਹਿਰੀ ਦੇ ਸਜਣੋਂ ਮਹਾਣਾ ਹੋਣਾ ਚਾਹੀਦਾ। ਪੜ੍ਹੀ ਲਿਖੀ ਨੌਂ ਦੀ ਰੱਖਦੀ ਮਾਪਿਆਂ ਦੀ ਇੱਜ਼ਤ ਕਰਨਾ, ਤਾਂ ਲੋਕੀ ਆਖਦੇ ਘਰਾਣਾ ਹੋਣਾ ਚਾਹੀਦਾ। ਚੰਗੀਆਂ ਘਰਾਣੀਆਂ ਦੀਆਂ ਧੀਆਂ ਪੜ੍ਹੀਆਂ ਲਿਖੀਆਂ ਸੂਝਵਾਨ ਸੁਗੜ ਸਿਆਣੀਆਂ ਧੀਆਂ ਦੇ ਸਾਕ ਚੰਗੇ ਪਰਿਵਾਰ ਭਾਲਦੇ ਨੇ, ਚੰਗੇ ਲੜਕੇ ਵਾਲੇ ਭਾਲਦੇ ਨੇ। ਇਹ ਦੁਨੀਆਂ ਦਾ ਦਸਤੂਰ ਹੈ ਜੀ। ਔਰਤ ਮਰਦ ਨੇ ਦੋਵੇਂ ਗ੍ਰਸਤ ਗੱਡੀ ਦੇ ਪਹੀਏ, 2 ਪਹੀਏ ਆ, ਕਿਤੇ ਸਾਈਕਲ ਤੇ ਚੱਲ ਪਿਓ, ਕਿਤੇ ਮੋਟਰਸਾਈਕਲ ਤੇ ਚੱਲ ਪਿਓ ਨਾ, ਜੇ ਇੱਕ ਪਹੀਆ ਡੋਰ ਮਾਰ ਜਾਵੇ, ਇੱਕ ਪਹੀਆ ਖਰਾਬ ਕਰ ਜਾਵੇ ਤੇ ਬੰਦਾ ਡਿੱਗ ਸਕਦਾ, ਗੱਡੀ ਵਿਫੜ ਰਹਿ ਜਾਂਦੀ ਆ। ਔਰਤ ਮਰਦ ਨੇ ਦੋਵੇਂ ਗ੍ਰਸਤ ਗੱਡੀ ਦੇ ਪਹੀਏ, ਦੋਵਾਂ ਲਿਖਿਆ ਬੜਾ ਜ਼ਰੂਰੀ, ਇਕੱਠੇ ਜਾਂਦੇ ਰਹੀਏ। ਔਰ ਕਿਉਂ ਦੀਵਾ ਜਿਹੜਾ ਝੱਖਣਾ ਵਿੱਚ ਬਲਦਾ, ਔਰ ਕਿਉਂ ਪਰਛਾਵਾਂ ਜਿਹੜਾ ਨਾਲ ਮਰਦ ਦੇ ਢਲਦਾ, ਸਾਡੇ ਵੱਟ ਵਲੇਰੇ ਕੱਢੀਆਂ ਸੁੰਦਰ ਪਾਗਾਂ ਲੀਹਾਂ, ਧੀਆਂ ਦੇ ਕੇ ਪੁੱਤਰ ਲੱਭੀਏ, ਪੁੱਤਰ ਦੇ ਕੇ ਧੀਆਂ। ਇਹ ਸੰਸਾਰ ਦਾ ਦਸਤੂਰ ਆ, ਚੰਗੇ ਪੁੱਤਰਾਂ ਵਾਲੇ ਚੰਗੀਆਂ ਧੀਆਂ ਦੀ ਭਾਲ ਕਰਦੇ ਆ, ਚੰਗੀਆਂ ਧੀਆਂ ਵਾਲੇ ਚੰਗੇ ਪੁੱਤਰਾਂ ਦੀ ਭਾਲ ਕਰਦੇ ਆ। ਇਹ ਦੋ ਹੀ ਪਰਿਵਾਰਾਂ ਦਾ ਮੇਲ ਖੋਲ ਲੱਗਿਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਮਹਾਰਾਜ ਦੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਜਥੇ ਬਲੀਓ ਗੁਰੂ ਸਾਹਿਬ ਜੀ ਦੋਵਾਂ ਪਰਿਵਾਰਾਂ ਦਾ ਪਿਆਰ ਬਣਾਉਣ, ਸਾਂਝ ਜੁਗਾ ਜੁਗਾ ਤੱਕ ਲੱਗੀ ਹੋਵੇ। ਦੋਵੇਂ ਜਿਹੜੀ ਜੋੜੀ ਬਣਨ ਜਾ ਰਹੀ ਆ, ਜਿਹਨਾਂ ਦੇ ਆਨੰਦ ਕਾਰਜ ਹੋ ਰਹੇ ਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਆ, ਮਹਾਰਾਜ ਜੀ ਕ੍ਰਿਸ਼ਨ ਜੀਵਨ ਦੇ ਜੁਨਵਾਰ ਨਿਭਾਉਣ ਦਾ ਬਲ ਪ੍ਰਦਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਤੇ ਨਾਮ ਨਾਲ ਦਾਤਾਂ ਦੇ ਕੇ ਮਹਾਰਾਜ ਜੀ ਸਭਨਾਂ ਨੂੰ ਵਾਜਬ। ਇੱਥੇ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਪਿਆਰ ਬਖਸ਼ਿਆ। ਸਾਉਣ ਵਾਲੇ ਵੀਰ ਦਾ ਧੰਨਵਾਦ ਆ, ਸਾਡੇ ਆਪਣੇ ਹੀ ਸਾਰੇ ਸਾਉਣ ਵਾਲੇ, ਤੇ ਗੁਰੂ ਕਵਜੀਤ ਸਿੰਘ ਸਾਹਿਬਾਨ ਸਾਰੇ, ਸਾਡੇ ਵੀਡੀਓ ਵਾਲੇ ਵੀਰ ਸਾਰੇ ਜਿੰਨੇ ਕੈਮਰੇ ਲਾ ਕੇ ਖੜੋਤੇ ਆ, ਉਹਨਾਂ ਦਾ ਵੀ ਧੰਨਵਾਦ। ਗੁਰੂ ਕੇ ਪ੍ਰਬੰਧਕ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ, ਬਹੁਤ ਸਾਰਾ ਸਨਮਾਨ ਕਰਦੇ।
ਵੰਡਿਆ ਮੰਗੂਵਾਲ ਪਿੰਡ ਮੇਰਾ ਆਪਣਾ ਇਹ ਮੈਂ ਆਪਣੇ ਪਿੰਡ ਵਿੱਚ ਖਲੋਤਾ ਸਾਂ ਆਪਣੇ ਪਿੰਡ ਵਿੱਚ ਖਲੋ ਕੇ ਆਪਣੇ ਘਰ ਵਿੱਚ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਕੋਟਾਨਪੁਰ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਗੁਰੂ ਸਾਹਿਬ ਸਮਰੱਥ ਨੇ ਮਹਾਰਾਜ ਨੇ ਸੇਵਾ ਲਈ ਹੈ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਆਪਣੇ ਚਰਨਾਂ ਵਿੱਚ ਮਹਾਰਾਜ ਨੇ ਬੈਠਣ ਦਾ ਸਮਾਂ ਬਖਸ਼ਿਆ ਗੁਰੂ ਸਾਹਿਬ ਦਾ ਕੋਟਾਨਪੁਰ ਸ਼ੁਕਰਾਨਾ ਇਤਿਹਾਸ ਬੋਲਿਆ ਗੁਰਬਾਣੀ ਬੋਲਿਆ ਬੜੀਆਂ ਭੁਲਾ ਹੁੰਦੀਆਂ ਨੇ ਗੁਰੂ ਕੀ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਰਹੇ ਆਪ ਜੀ ਨੇ ਬਖਸ਼ਣ ਦਾ ਭੁਲਾਣਾ ਚਿਤਾਉਂਦੀਆਂ ਭੁੱਲਾਂ ਤੇ ਰਹਿਮਤ ਦਾ ਪਰਦਾ ਪਾ ਦਿਓ ਇਧਰਲੇ ਪਾਸੇ ਢਾਡੀ ਗੁਰਜੀਤ ਸਿੰਘ ਭੰਡਾਰੀ ਮੇਰਾ ਛੋਟਾ ਵੀਰ ਇਧਰਲੇ ਪਾਸੇ ਢਾਡੀ ਭਾਈ ਜਰਨੈਲ ਸਿੰਘ ਜੋਬਰ ਮੰਡੇਰ ਪਿੰਡ ਪਿੰਡ ਬਿਆਸ ਲਾ ਕੇ ਉੱਥੋਂ ਨੇ ਸਰਗੀ ਮਾਰਗ ਸਰਬਜੀਤ ਸਿੰਘ ਸਰਬ ਨੰਗਲ ਖੁਰਦ ਪਿੰਡ ਮਾਧਪੁਰ ਲਾ ਕੇ ਉੱਥੋਂ ਨੇ ਦਾਸ ਸੁਖਵਿੰਦਰ ਸਿੰਘ ਮੰਡਾਲੀ ਪਿੰਡ ਦੇ ਡਾਕਖਾਨਾ ਮੰਡਾਲੀ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਾਰੀ ਸੰਗਤ ਅਸੀਸ ਤੋਂ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਦਵਾਨੇ ਸਿਮਰ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਰਿਵਾਰ ਨੇ ਆਪਣੇ ਬੱਚੇ ਦੇ ਸ਼ੁਕਰਗੁਜ਼ਾਰ ਆਨੰਦ ਕਾਰਜ ਸਫਲ ਦੇ ਰਹੇ ਸਤਿਗੁਰੂ ਜੀ ਦੀ ਬਾਣੀ ਦਾ ਵੱਡਾ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਵਾਲੇ ਉਹਨਾਂ ਨੇ ਆਪ ਨੂੰ ਗੁਰਮੁਖ ਵਿਚਾਰਾਂ ਨਾਲ ਸਾਂਝ ਪਾਈ ਹੈ ਦੋਨਾਂ ਪਰਿਵਾਰਾਂ ਨੂੰ ਲੱਖ ਵਧਾਈ ਹੋਈ ਕਿਉਂਕਿ ਬੱਚਿਆਂ ਨੇ ਗ੍ਰਸਤ ਮਾਰਗ ਵਿੱਚ ਪ੍ਰਵੇਸ਼ ਕਰਨਾ ਹੈ ਗ੍ਰਸਤ ਮਾਰਗ ਨੂੰ ਗੁਰੂ ਨਾਨਕ ਦੇ ਘਰ ਦੇ ਅੰਦਰ ਬੜਾ ਉੱਚਾ ਤੇ ਸੁੱਚਾ ਦਰਜਾ ਦਿੱਤਾ ਗਿਆ ਹੈ ਭਾਈ ਗੁਰਦਾਸ ਜੀ ਨੇ ਆਪਣੇ ਬਾਰਾਂ ਵਿੱਚ ਲਿਖਿਆ ਜੈਸੇ ਸਰ ਸਤਾ ਮੈਂ ਸਕਲ ਮੈਂ ਸੁਖਦੇ ਵੱਡੋ ਵੀਰ ਮੈਂ ਸੁਮੇਲ ਵੱਡੋ ਜਗਤ ਪ੍ਰਖਿਆਨ ਹੈ ਗਿਆਨ ਮੈਂ ਗਿਆਨ ਔਰ ਧਿਆਨ ਮੈਂ ਧਿਆਨ ਗੁਰ ਸਰਵ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਜੇ ਕਾਰਨਾ ਗ੍ਰਸਤ ਪ੍ਰਧਾਨ ਹੁੰਦਾ ਮੁਹੰਮਦ ਕਦੇ ਨਿਕਾਹ ਪੜਾਉਂਦੇ ਨਾ ਜੇ ਕਾਰਨਾ ਗ੍ਰਸਤ ਪ੍ਰਧਾਨ ਹੁੰਦਾ ਰਾਮ ਕਦੇ ਵੀ ਸੁੰਦਰ ਚਾਹੁੰਦੇ ਨਾ ਜੇ ਕਾਰਨਾ ਗ੍ਰਸਤ ਪ੍ਰਧਾਨ ਹੁੰਦਾ ਕ੍ਰਿਸ਼ਨ ਕਦੇ ਵੀ ਰੁਕਮਣੀ ਨੂੰ ਵਿਆਹ ਦੇਣਾ ਜੇ ਕਾਰਨਾ ਗ੍ਰਸਤ ਪ੍ਰਧਾਨ ਹੁੰਦਾ ਨਾਨਕ ਤਪਾ ਤਿਆਗੀ ਮੋਣੇ ਚੋਣੇ ਦੀ ਧੀ ਕਦੇ ਵਿਆਹ ਦੇ ਨਾ ਗੁਰੂ ਤੇਗ ਬਹਾਦਰ ਦੇ ਦਿੱਤੀ ਰਹਿੰਦੇ ਕਿਤੇ ਗੁਜਰੀ ਵਿਆਹ ਕੇ ਜਾਣ ਹੋਈ ਸੀ ਕਿੰਨੇ ਪੁੱਤ ਗੋਬਿੰਦ ਸਿੰਘ ਜਮੜਾ ਸਿੰਘ ਇਸ ਦੁੱਖ ਦੇ ਭਾਰਤ ਨੂੰ ਕਿਸ ਨੇ ਠੱਲ ਪਾਉਣ ਇਸ ਕਰਕੇ ਕਿਸ ਸਮਾਜ ਨੂੰ ਬੜਾ ਉੱਚਾ ਤੋਂ ਸੁੱਚਾ ਦਰਜਾ ਦਿੱਤਾ ਗਿਆ ਆਓ ਮਰਿਆਦਾ ਦੇ ਅਨੁਸਾਰ ਕਿਉਂਕਿ ਜਿਨ੍ਹਾਂ ਪਰਿਵਾਰਾਂ ਦੇ ਆਪਣੇ ਉਡੀਕ ਸੀ ਲੜਕੀ ਪਰਿਵਾਰ ਬੱਚੇ ਨੂੰ ਗੁਰਮਾਈ ਸ਼ਗਨ ਪਾਉਣ ਵਾਸਤੇ ਹਾਰ ਆ ਚੁੱਕੇ ਨੇ ਮਰਿਆਦਾ ਦੇ ਅਨੁਸਾਰ ਗੁਰਮਾਈ ਦਾ ਇੱਕ ਸ਼ਬਦ ਪੜ੍ਹ ਕੇ ਆਪਾਂ ਨਾਲੇ ਆਨੰਦ ਸਾਹਿਬ ਅਤੇ ਆਪਾਂ ਅਰਦਾਸ ਵਿੱਚ ਸ਼ਾਮਲ ਹੋ ਕੇ ਹੁਕਮਨਾਮਾ ਤੋਂ ਉਪਰੰਤ ਆਪਾਂ ਬੱਚੇ ਨੂੰ ਸ਼ਗਨ ਪਾਉਣਾ ਆਓ ਬੜੀ ਵਿਆਸਤਾਨ ਨਾਲ ਗੁਰਬਾਣੀ ਨਾਲ ਜੁੜੀਏ
आनंद पिया मनाए सतगुरु में पाया सतगुरु का पाया सहज सिद्धि मन जिया बताया राग तन परवार भरिया शब्द का बनया शब्द तंगा दुहरे रामा मन नी बसाया कह नानक आनंद होवा सतगुरु Nah.
ਆਪ ਜੀ ਦੇ
ਚਰਨ ਪ੍ਰਸੰਗ ਅਰਦਾਸ ਬੇਨਤੀਆਂ ਜੋਗਦੀਆਂ ਤਲਵਾਰੇ ਨੇ ਮਨ ਦੇ ਮਨੁੱਖ ਗੁਰਮਤਨ ਸਾਰਥਕ ਗੁਰਮੁਖ ਨੇ ਪਰਿਵਾਰ ਨੂੰ ਸੁੱਖ ਸ਼ਾਂਤੀ ਦੇ ਰੋਤਾ ਚੜ੍ਹਦੀ ਕਲਾ ਦੀਆਂ ਦਾਤਾਂ ਮੁਖਸ਼ਾ ਪਰਿਵਾਰ ਦੇ ਰਹਿੰਦੇ ਕਾਰਕ ਅੰਗ ਸੰਸਾਰੀ ਹੋ ਕੇ ਸਭ ਕੋਣੇ ਗੁਰਮੁਖ ਪਰਿਵਾਰਾਂ ਨੂੰ ਗੁਰੂ ਘਰ ਦੀ ਇਮਾਰਤ ਵਾਸਤੇ 11,000 ਦੌੜੇ ਭੇਟਾ ਕੀਤੇ ਨੇ ਪਾਠੀ ਸਿੰਘਾਂ ਨੂੰ ਜੀਵਿਕਾ ਵਾਸਤੇ ਬੇਅੰਤ ਮਾਇਆ ਭੇਟਾਵਾਂ ਹਾਜ਼ਰ ਕੀਤੀਆਂ ਸਤਿਗੁਰ ਦੀ ਦਸਤਾਰਾਂ ਹਾਜ਼ਰ ਕੀਤੀਆਂ ਨੇ ਜਿਨ੍ਹਾਂ ਜਿਨ੍ਹਾਂ ਖਜ਼ਾਨਿਆਂ 'ਚ ਸੇਵਾਵਾਂ ਹੋਈਆਂ ਖਜ਼ਾਨੇ ਭਰਪੂਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਪਰਿਵਾਰ ਵੱਲੋਂ ਆਪ ਨੂੰ ਸੋਹਣੇ ਪੁਸ਼ਾਕੇ ਪਹਿਨਾ ਕੇ ਨੰਗੀ ਕਾਰ ਕਰੋ ਸੇਵਕਾਂ ਦੇ ਲੋਕ ਕੋਲੋਂ ਪੜਦੇ ਕਿਤਨੇ ਗੁਰਮੁਖ ਪਰਿਵਾਰਾਂ ਵੱਲੋਂ ਸਤਿਗੁਰ ਦੀ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸੱਜ ਕੇ ਹਾਜ਼ਰ ਨੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਰਬ ਸਾਧ ਸਰਬੁਰ ਤੇ ਦੋ ਜੀ ਛਕੇ ਵਾਹਿਗੁਰੂ ਵਾਹਿਗੁਰੂ ਆਪ ਜੀ ਦਾ ਨਾਮ ਜਪੇ ਸਤਿਗੁਰ ਜੀ ਆਪ ਜੀ ਦੇ ਚਰਨਾਂ ਤੋਂ ਨਾਮ ਚੜ ਐਸੇ ਅਰਦਾਸ ਬੇਨਤੀ ਬੋਲ ਰਹੀ ਹੈ ਸਤਿ ਸੰਤੋ ਕਰ ਭਾਓ ਕੁੜਨ ਕੁੜਮਾਈ ਆਇਆ ਬਲਰਾਮ ਜੀ ਦੇ ਮਹਾਂਪੁਰਖਾਂ ਸਰ ਕਾਕਾ ਦਲਵੀਰ ਸਿੰਘ ਜੀ ਕੜਕਣ ਨੂੰ ਲੜਕੀ ਪਰਿਵਾਰ ਵਾਲੇ ਸ਼ਗਨਾਂ ਸਤਿਗੁਰ ਜੀ ਗੁਰਮਾਈ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਏ ਨੇ ਐਸੇ ਆਪ ਜੀ ਕਿਰਪਾ ਕਰੋ ਬੱਚੇ ਦੇ ਸਿਰ ਤੇ ਮਿਹਰ ਪ੍ਰਾਪਤ ਕਰਨਾ ਰਸਮ ਅਦਾ ਕਰਨ ਦੀ ਆਗਿਆ ਬਖਸ਼ਣੀ ਸਤਿਗੁਰ ਜੀ ਪਰਿਵਾਰ ਦੇ ਰਹਿੰਦੇ ਕਾਰਨ ਸੰਸਾਈਓ ਕੇ ਸਫਲੇ ਕਰਾਉਣੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਪਤ ਕਰਕੇ ਤਾਤੀ ਬਾਹ ਨਾ ਲਾ ਗਈ ਪਾਰ ਨੂੰ ਸੁਣਾਈ ਚੌਕਤ ਹਮਾਰੇ ਰਾਮਕਾਰ ਲਗੇ ਨਾ ਭਾਈ ਪੰਡਾਤਾ ਦੋਨਾਂ ਪਰਿਵਾਰਾਂ ਵਿੱਚ ਆਪਸ ਵਿੱਚ ਪਾਕ ਪ੍ਰੇਮ ਪਿਆਰ ਪਛਕੇ ਥਿਰ ਘਰ ਵੈਸੋ ਹਾਜ਼ਰ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਰੱਖੀ ਕਰਤਾਰੇ ਨੇ ਲਾਤਾ ਮੁਸ਼ਿਆਂ ਜੀ ਦਾ ਫਰਮਾਨ ਹੈ ਕੀਤਾ ਗੁਰੂ ਜੀ ਕੰਮ ਸੁਹਰ ਪੈ ਆਖੀ ਹੈ ਕਾਲ ਉਪਦੇਸ਼ ਵਾਰ ਸਤਿਗੁਰ ਸਰਸਾਖੀ ਦੀ ਲਾਤਾ ਮੁਸ਼ਿਆਂ ਸਤਿਗੁਰ ਜੀ ਕਰੋ ਕਿਰਪਾ ਆਪਣੇ ਇਲਾਹੀ ਹੁਕਮ ਨਾਮੇ ਬਸਕੇ ਉਪਰੰਤ ਫਰਮਾਈ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੈਨੂੰ ਜਿੰਨਾ ਮਿਲਿਆ ਆਪ ਜੀ ਦਾ ਨਾਮ ਸੁਚਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਮਲਾ ਵਾਹਿਗੁਰੂ ਕਾ ਖਾਲਸਾ ਦੁਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਸਭ ਸਿਮਰਨ ਕੋ ਹੁਕਮ ਮੈਂ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾ ਜੋ ਪ੍ਰਭ ਕੋ ਮਿਲ ਗੋਚਰੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਆਪ ਕੀ ਰਹੇ ਨਾ ਖੁਆਰ ਵਾਹਿਗੁਰੂ ਨਾਮ ਜਾਪ ਗਏ ਚੜੇ ਸੁਖ ਦੇ ਜੋ ਸ਼ਰਧਾ ਕਰ ਸਿਮਨੇ ਗੁਰੂ ਭਾਰ ਉਤਾਰਨ ਖੰਡਾ ਜਾ ਕੇ ਰਾਤ ਮੈਂ ਕਲਗੀ ਸੋਵੈ ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਾਰਨ ਸੋ ਸਭ ਕੀ ਰਚਿਆ ਕਰੇ ਗੁਰ ਦਸਮ ਪਿਤਾ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮੇਲੇ। ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਪਲ ਪਾਵੋ। ਜੀ ਕੈ ਸੰਗ ਸਹਾਈ ਰਹਾਓ। ਨਾਰਾਇਣ ਪ੍ਰਾਣ ਦਾਰਾ ਹਮ ਸੰਤ ਜਨਾਰੇ ਤਾਰਾ। ਪਤਿਤ ਪੁਨੀਤ ਕਰਨੀ ਨੇ ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਬ੍ਰਿਧ ਪਾਲਾ ਸਤ ਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ। ਜਿਸ ਦੇਵੈ ਪੁਰਖ ਪਿਦਾਤਾ ਹਰ ਰਸ ਤਿਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ। ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਪਾਲ ਮੇਰੀ ਕਿਰਪਾ ਹੋਈ ਹੈ, ਰੱਖੀ ਸਮਾਧੀ ਸਮਾਪਤੀ ਹੋਈ ਹੈ। ਹੁਣ ਮੈਂ ਬੇਨਤੀ ਕਰਾਂ ਸਰਦਾਰ ਦਲਵੀਰ ਸਿੰਘ ਜੀ ਨੂੰ ਅੱਗੇ ਹੁੰਦੀ ਵੇਲੇ ਸਤਿਗੁਰੂ ਜੀ ਦੇ ਸਾਨੂੰ ਮੱਥਾ ਟੇਕ ਕੇ ਬੈਠੇ ਅਤੇ ਪਰਿਵਾਰ ਨੂੰ ਬੇਨਤੀ ਹੈ ਵੀ ਜੋ ਵੀ ਸ਼ਗਨ ਦੀ ਰਸਮ ਹੈ ਉਹ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕਾਕਾ ਦਲਵੀਰ ਸਿੰਘ ਜੀ ਨੂੰ ਸਰੂਪੇ ਦੀ ਬਖਸ਼ਿਸ਼ ਕੀਤੀ ਜਾਊਗੀ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਸਰਦਾਰ ਸ਼ੰਗਾਰਾ ਸਿੰਘ ਨੂੰ ਕਿ ਉਹ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਪ੍ਰਾਪਤ ਕਰਨ। ਸਰਦਾਰ ਸ਼ੰਗਾਰਾ ਸਿੰਘ ਜਿਹਨਾਂ ਵੱਲੋਂ 11,000 ਰੁਪਈਆ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਹੈ। ਹੁਣ ਕੜਮਾਈ ਦੀ ਰਸਮ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾ ਇੱਥੋਂ ਸੈੱਟ ਹੋ ਗਿਆ ਉਹ
Thank you.
ਕਰ ਲਓ ਬਾਈਟ ਦੂਜਾ ਮੋਢੇ 'ਤੇ ਰੱਖੋ ਮੋਢੇ 'ਤੇ ਰੱਖੋ ਵਾਲਾ ਅਤੇ ਦੂਜੇ ਹੱਥ ਨਾਲ ਖਾਓ ਮੁੜੇ ਸਾਰਾ ਉਹਦੇ ਨਾਲ ਰੱਖਣਾ ਬੂਟੇ ਦੇਖੋ ਇਹ ਖਾ ਲਓ ਖਾ ਲਓ ਇਹ ਖਾ ਲਓ ਪਹਿਲਾਂ ਖਾ ਲਓ ਬਾਈ ਅਤੇ ਖੋਰ ਲੈ ਲਓ ਸਵਾਰਾ ਸਵਾਰਾ ਖੋਰ ਲੈ ਲਓ ਡਾਊਨ ਕਰਾ ਦੇ ਬਸ ਵਾਰਾ ਸ਼ੋਅ ਹੀ ਕਰਨਾ ਇੱਥੇ ਦੇਖਿਓ ਝੋਲੀ ਚ ਰੱਖ ਦਿਓ ਬਾਈ ਝੋਲੀ ਚ ਰੱਖ ਦਿਓ ਸਮਾਨ ਸਾਰਾ ਝੋਲੀ ਚ ਰੱਖ ਦਿਓ ਬੱਚੇ ਨੂੰ ਬੁਲਾਓ ਸਾਰੇ
सेम रियो इतना देखियो अगर सामने देखो वेट वेट तो आए मुझे का खालसा वह मुझे की फतेह संतान मिलती है साइड चेंज कर लो कि भाई जिन्हें जिन्हें ने शगल पा लिया है उस शगल पा के मुचकड़ा प्रसाद दी दरवाजे को मिल रही है लेके थोड़े टाइम तुम चलने के शगल की कृपाता करने जी ਜਿਨ੍ਹਾਂ ਜਿਨ੍ਹਾਂ ਨੇ ਸ਼ਰਨ ਪਾਉਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਬੱਚੇ ਦੇ ਸਿਰ ਤੋਂ ਸਿਰਵਾਰ ਮਾਂ ਕਿਸੇ ਨੇ ਨਹੀਂ ਕਰਨਾ ਲਾਗੀ ਦਾ ਲਾਲ ਕਾਕੂ ਨੂੰ ਦੇ ਦੇਣਾ ਹੈ ਉਹਦਾ ਸਿਰਵਾਰ ਮਾਂ ਕਿਸੇ ਨੇ ਨਹੀਂ ਕਰਨਾ ਬੇਨਤੀ ਕਰਵਾ ਦਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਨੂੰ
ਥੋੜਾ ਕਿਨ ਹੋ ਜਾਊਗਾ ਥੋੜਾ ਰਾਣ ਬਾਸ ਠੀਕ ਹੈ ਸਾਹਮਣੇ ਦੇਖਿਓ ਸੇਮ ਰਿਹਾ ਸੇਮ ਰਿਹਾ ਪਾਪਾ ਜੀ ਖੜ ਜਾਓ ਸਾਰੇ ਨਾਲ ਇਕੱਠੇ ਹੋ ਜਾਓ ਇਕੱਠੇ ਥੋੜ੍ਹੇ ਇੱਧਰ ਨੂੰ ਹੋ ਜਾਓ ਨਾਲ ਨੂੰ ਹੋ ਜਾਓ ਅੱਛਾ ਠੀਕ ਹੈ ਇੱਦਾਂ ਓਕੇ ਇੱਦਾਂ ਦੇਖਣ ਲੱਗ ਰਿਹਾ ਹੈ ਪੈਨਸਲ ਆਜਾ ਆਜਾ ਪਾਜੀ ਨਾਲ ਜਾਂਦਾ ਪਾਜੀ ਖੜ ਲਓ ਤੁਸੀਂ ਤੁਸੀਂ ਖੜ ਲਓ ਸਿਰਾ ਕਰਾਉਣਾ ਹੈ ਇੱਦਾਂ ਦੇਖਣ ਲਈ ਉਹ ਘੰਟਾ ਲੱਗਣਾ ਹੈ ਉੱਥੇ ਉਹ ਵੀ ਟਾਈਮ ਤੇ ਸਿਰਾ ਕਰਾਉਣਾ ਸਾਹਮਣੇ
ਕਾਰਡ ਦਾ ਪਤਾ ਨਹੀਂ ਚੇਤਾ ਕੱਢ ਦਵਾਂ
ਮਹਿਲ ਸੀਗਾ ਆਪਣਾ ਰੂਪ ਸੀਗਾ ਰੂਪ ਸੰਦੀਪ ਨੂੰ ਕਿੱਥੇ ਚੱਲਦੀ ਮੁੰਡ ਕਰਨਾ ਹੋਣਾ ਵੀ ਇੱਥੇ ਲੱਖਾਂ ਵਿੱਚ ਲਿਆ ਰਹੇ ਇੱਥੇ ਪਿੱਛੇ ਬਾਰੇ
ਸਹੀ ਆ ਨਹੀਂ ਮਿਲਦੇ ਗਾਣੇ ਮੈਂ
ਮਾਰਾ ਇਸ਼ਾਰਾ ਤਾਂ ਮਾਰ ਦੇਗਾ ਤੂੰ।